ਅਸਲਾਮ ਵਾਲੇਕਮ ਦੋਸਤੋ ਮਿੱਤਰੋ ਭਰਾਓ ਕੀ ਹਾਲ ਚਾਲ ਜੇ ਉਮੀਦ ਆ ਕਿ ਸਾਰੇ ਖੈਰ ਖਰੀਅਤ ਨਾਲ ਹੋਗੇ ਅੱਜ ਆਏ ਆਪਣੇ ਬਾਗ ਦੇ ਵਿੱਚ ਫਲੂਟਰ ਦੀ ਤੜਾਈ ਕਰਨ ਤੇ ਤੁਹਾਡੇ ਸਾਹਮਣੇ ਦੇਖ ਸਕਦੇ ਜੇ ਕਿ ਫਲੂਟਰ ਲੱਗੇ ਹੋਏ ਨੇ ਬੂਟਿਆਂ ਨਾਲ ਲਾਵਾ ਮਾਲ ਹੈ ਤੇ ਥੱਲੇ ਕਣਕ ਵੀ ਬੀਜੀ ਹੋਈ ਹੈ ਤੇ ਅਗਰ ਤੇ ਤੁਸੀਂ ਮਿੱਤਰ ਭਰਾ ਸਾਡੇ ਚੈਨਲ ਤੇ ਨਵੇਂ ਆ ਤੇ ਪਲੀਜ਼ ਸਾਡੇ ਚੈਨਲ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਕਮੈਂਟਸ ਵੀ ਕਰੋ ਸਬਸਕ੍ਰਾਈਬ ਵੀ ਕਰੋ ਤੇ ਬਾਗਾਂ ਦੇ ਬਾਰੇ ਦੇ ਵਿੱਚ ਵੀ ਦੱਸੋਗੇ ਅਸੀਂ ਇਹਨਾਂ ਬਾਗ ਨੂੰ ਕਿਵੇਂ ਇਹਨਾਂ ਦੇ ਪੌਦੇ ਵਗੈਰਾ ਦੀਆਂ ਕਿਵੇਂ ਇਹਨਾਂ ਨੂੰ ਜਿਹੜਾ ਨਾ ਜ਼ਿਆਦਾ ਫਲ ਵਾਸਤੇ ਕਿਹੜੀ ਕਿਹੜੀ ਚੀਜ਼ ਪਾਣੀ ਚਾਹੀਦੀ ਹੈ ਕੀ ਕਰਨਾ ਚਾਹੀਦਾ ਕਨਕ ਵੀ ਬੀਜੀ ਹੋਈ ਹੈ ਥੱਲੇ ਆਇਆ ਕਿ ਕਨਕ ਬਾਗ ਵਾਸਤੇ ਸਹੀ ਹੁੰਦੀ ਹੈ ਨਹੀਂ ਸਹੀ ਹੁੰਦੀ ਤੇ ਇਹ ਸਾਰੀ ਚੀਜ਼ਾਂ ਦੇ ਬਾਰੇ ਇਨਫਾਰਮੇਸ਼ਨ ਦੋ ਸਾਨੂੰ ਤੇ ਬਾਕੀ ਆਸੀਂ ਤੇ ਆਪਣੇ ਵੱਲੋਂ ਬੜੀ ਇੰਨੀ ਤੇ ਮਿਹਨਤ ਮਿਹਨਤ ਕਰ ਰਹੇ ਆਂ ਅੱਲਾ ਦਾ ਹਕਮ ਨਾਲ ਬਾਕੀ ਵੇਖੋ ਜੀ ਜਿੱਦਾਂ ਤੁਸੀਂ ਵੇਖ ਸਕਦੇ ਕੋਈ ਵੱਡੇ ਬੂਟੇ ਨੇ ਕੋਈ ਛੋਟੇ ਬੂਟੇ ਨੇ ਆ ਸਾਈਡ ਤੇ ਆਂਬ ਵਗੈਰਾ ਵੀ ਲਾਇਏ ਨੇ ਥੋੜੇ ਬਹੁਤ ਤੇ ਆ ਨਾਲ ਫਲੂਟਰਾਂ ਦੇ ਨਾਲ ਮਸੰਮੀ ਹੈ ਤੇ ਅੱਲਾ ਖੈਰ ਕਰੇ ਲਾਜ਼ਮੀ